ਪੇਸ਼ ਮੈਨੇਜਮੈਂਟ 2016 ਦੇ ਵਿੱਚ ਬਣਿਆ ਜਿਹੜਾ ਗੂਗਲ ਪੈਦਾ ਕਰ ਰਿਹਾ ਉਹਦੀ ਜ਼ਿੰਮੇਵਾਰੀ ਹੈ ਪੂਰੇ ਨੂੰ ਕਿਸ ਤਰ੍ਹਾਂ ਸੰਭਾਲਦਾ ਉਹਦੇ ਕੋਲ ਵਾਟਰਵਰਕਸ ਹੈ ਜਾਂ ਰਵਿਦਾਸ ਮੰਦਰ ਹੈ ਇਹ ਕੀ ਕਰ ਰਹੇ ਨੇ ਇਹਨੇ ਕੱਚੀ ਪੇਟੀ ਬਣਾਈ ਉਹਦੇ ਪੱਤੇ ਪਾ ਕੇ ਮੈਨੇਜ ਕਰ ਥੋੜ੍ਹਾ ਬਹੁਤ ਤੁਸੀਂ ਵੀ ਜਾ ਕੇ ਦੇਖਣਾ ਕਿ ਮੈਂ ਕਿਹੜੇ ਸੈੱਟ ਕਰ ਠੀਕ ਹੈ ਸੋ ਆਪਦੇ ਆਪ ਨੂੰ ਜਿੰਨਾ ਤੁਸੀਂ ਇਹ ਧਿਆਨ ਰੱਖ ਸਕਦੇ ਹੋ ਮਾਸਕ ਪਾਈ ਹੋ ਜੈਕਟ ਪਾਈ ਹੋਏ ਡਰੈਸ ਪਾਈ ਹੋਏ ਹੱਥ ਬਰਾਬਰ ਵਾਰ ਵਾਰ ਤੁਸੀਂ ਧੋਣੇ ਆ ਜਦੋਂ ਵੀ ਤੁਸੀਂ ਆਪਣਾ ਕਲੈਕਟ ਕਰਕੇ ਆਉਂਦੇ ਹੋ ਦਸਾਨੇ ਪਾਏ ਦੇ ਨੇ ਲੇਕਿਨ ਦਸਾਨੇ ਉਤਾਰਨ ਤੋਂ ਬਾਅਦ ਵੀ ਤੁਸੀਂ ਆਪਣੇ ਹੈਂਡ ਵਾਸ਼ ਅੱਛੀ ਤਰ੍ਹਾਂ ਕਰਦੇ ਆ ਤਾਂ ਕਿ ਤੁਸੀਂ ਵੀ ਬਿਮਾਰ ਨਹੀਂ ਹੋ ਇਹ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਹੈ ਨਾ ਤੁਹਾਨੂੰ ਟ੍ਰੇਨਿੰਗ ਪ੍ਰੋਗਰਾਮ ਵਾਰ ਵਾਰ ਇਸ ਲਈ ਕੀਤੇ ਜਾਂਦੇ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਦੋਂ ਤੁਸੀਂ ਸੋਲਿਡ ਵੇਸ ਤੇ ਇਕੱਠਾ ਕਰ ਲਿਆ ਸੋਲਿਡ ਵੇਸ ਕਿੱਥੇ ਜਾਣਾ ਚਾਹੀਦਾ ਪਿੱਛੇ ਬਣੀ ਐਮਆਰਐਫ ਐਮਆਰਐਫ ਦੇ ਵਿੱਚ ਜਾ ਕੇ ਜਦੋਂ ਜਿਹੜਾ ਗਿੱਲਾ ਕੂੜਾ ਗਿੱਲੇ ਕੂੜੇ ਨੂੰ ਅਸੀਂ ਪਿੱਟਾਂ ਦੇ ਵਿੱਚ ਮੈਨੇਜ ਕਰਨਾ ਤਾਂ ਕਿ ਖਾਦ ਬਣੇ ਗਿੱਲਾ ਕੂੜਾ ਜਿਵੇਂ ਸਬਜ਼ੀਆਂ ਛਿਲਕੇ ਫੂਡ ਦੇ ਛਿਲਕੇ ਪੱਤੇ ਚਾਹ ਪੱਤੀ ਅੰਡਿਆਂ ਦੇ ਛਿਲਕੇ ਜਿਹੜਾ ਗਲਣ ਯੋਗ ਹੈ ਠੀਕ ਹੈ ਇਸ ਤੋਂ ਇਲਾਵਾ ਕੀ ਹੈਗਾ ਨਾ ਗਲਣ ਯੋਗ ਉਹਨੂੰ ਅਸੀਂ ਕੀ ਕਹਿੰਦੇ ਹਾਂ ਸੁੱਕਾ ਕੂੜਾ ਨਾ ਗਲਣ ਯੋਗ ਸੁੱਕਾ ਕੂੜਾ ਸੁੱਕੇ ਕੂੜੇ ਵਿੱਚ ਵੀ ਰਬੜ ਅੱਡ ਕਰਨੀ ਪਲਾਸਟਿਕ ਅੱਡ ਕਰਨੀ ਬੋਟਲ ਅਲੱਗ ਅੱਡ ਕਰਨੀ ਬੋਟਲ ਦਾ ਢੱਕਣ ਅਲੱਗ ਕਰਨਾ ਬੋਟਲ ਦਾ ਢੱਕਣ ਅਲੱਗ ਰਬੜ ਸੁੱਕਾ ਕੂੜਾ ਕੱਪੜਾ ਸੁੱਕਾ ਕੂੜਾ ਕਿੰਨੇ ਕੈਟੇਗਰੀ ਹੋਈ ਪੇਪਰ ਪਲਾਸਟਿਕ ਠੀਕ ਹੈ ਇਹ ਗੱਲ ਦਾ ਧਿਆਨ ਰੱਖਣਾ ਉਹ ਬਹੁਤ ਸੋਹਣੀ ਹੈ ਐਮਆਰਐਫ ਬਣੀ ਹੈ ਅਸੀਂ ਕੋਸ਼ਿਸ਼ ਕਰ ਰਹੇ ਕਿ ਕੋਟਪੱਤਰ ਦੀ ਐਮਆਰਐਫ ਵੀ ਬਹੁਤ ਵਧੀਆ ਬਣੇ ਪਰ ਜਿੱਦਾਂ ਦੇ ਪੂਰੀ ਕੰਪਲੀਟ ਹੋ ਰਹੀ ਹੈ ਇਹਨੂੰ ਫਿਰ ਪੰਜਾਬ ਵਿੱਚ ਵੀ ਦਿਖਾਇਆ ਜਾਂਦਾ ਹੈ ਹਾਂ ਦੇਖੋ ਸਾਡੇ ਕੋਟਪੱਤਰ ਜਿਵੇਂ ਸੰਗਰੂਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਠੀਕ ਹੈ ਬੇਟਾ ਔਰ ਇੰਨੀਆਂ ਵਧੀਆ ਬਣੀਆਂ ਨੇ ਫੁੱਲ ਬੂਟੇ ਲੱਗੇ ਗਾਰਡਨ ਲੱਗਦਾ ਹੈ ਉਹਦਾ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਜਿੱਥੇ ਲੋਕ ਰਹਿੰਦੇ ਹੈ ਲੋਕ ਜਾ ਕੇ ਬੈਠ ਕੇ ਕਰਦੇ ਜਾ ਕੇ ਬਹਿ ਕੇ ਉਹਨੂੰ ਮਜ਼ਾ ਵੀ ਆਉਂਦਾ ਦੇਖੋ ਕੀ ਹੋਇਆ ਕਿ ਪੂਰੇ ਨੂੰ ਅਸੀਂ ਸਾਂਭ ਸੰਭਾਲ ਕਰਕੇ ਅਸੀਂ ਇਹਨੂੰ ਫਾਇਦਾ ਲੈ ਸਕਦੇ ਹਾਂ ਉਹਦੇ ਵਿੱਚ ਸਭ ਤੋਂ ਵੱਡਾ ਮਹੱਤਵਪੂਰਨ ਰੋਲ